लाल हो चुके हैं। رب تعالیٰ ظلمت ڈاڑھی ہے بس اتنا کرم کمائی رہویں غم بھیڑ بھرا ساری قوم دلے کھچ پیرا اکبر دے زخم دا واسطہ ہی کردار دا اکبر کر ساکوں اندے نقش قدم تے قوم دتوں ہر شک جوان ٹرائی رام دیکھ واسطے سین دے پاسے دا اے جڑاں دعا تیں پہنچے طالب دوارس بھیج دے میں وقت قیم نہ ڈھیر بلہی رام اللہم صلی اللہ محمد و آل محمد اذان دے بعد نمازی سیدہ کی تشام چہکا اعلان ہے میری چون سالان دی بھیڑائی لوگو جیڑی مر گئی ہے وچہ زیادہ تو زیادہ ترے وین حاضری ضروری ہے وطن ہے روندیاں کھنال دعا کر چھوڑے نہیں آمان دا مقصد پورا ہو گئے وطن آلے ہو جتنے مزور بیٹھے ہو پہلے تو آجتے سوال کرنا اپنی زندگی کوئی ہو جیاں بندہ رٹا ہونے غریب تو غریب ہوئے جندہ ٹور گیا ہوئے تے آپ اعلان کھڑا کریں دا ہوئے ہی دوری غربت گیڑی بڑا آزان دے بعد نمازی سیدہ کی تشام چہکا اعلان ہے میری چون سالان دی بھیڑے لوگ جیڑی مر گئی ہے اذان دے بعد نمازی سیدہ کی تشام چہکا اعلان ہے میری جون زالان دی بھیڑائی لوگ جیڑی مر گئی ہے ویچ زندہ نے ہون ماتم کرنے نے دمیرے باسر گائے وطن آلے و غرباتی ستر بہنی پڑھا لگا بابا جی لوگ گلی جو در دے پہن میرے امام دی حالت گیڑی ہے ہاتھ بابا دے رہا دے لوگ
ਲੋਕਾਂ ਦੇ ਪਾਸੇ ਡੇਗਿਆ ਦਾ ਖੜੇ ਇੰਦਾ ਕੋਈ ਨਹੀਂ ਮਈਆ ਤੇ ਚਵਾਵਣ ਵਾਲਾ ਹੋ ਸਕਦੇ ਹੀ ਵਹਿਣ ਤੇ ਮਿੰਬਰ ਛੋੜੇ ਸਾਂ ਆਸੂ ਆ ਗਏ ਮੇਰੀ ਸੱਤਰ ਨਹੀਂ ਦਰਜਾਤ ਬੁਲੰਦ ਹੋਵੇ ਬਾਬੇ ਖਾਦਮ ਹੁਸੈਨ ਸ਼ਾਹ ਚੱਕ ਨੰਬਰ 38 ਅਲ ਦੇ ਉਹ ਪੜਦੇ ਰਹਿੰਦੇ ਜਿਹੜਾ ਕੋਈ ਨਹੀਂ ਆਇਆ ਰੱਬ ਜਾਣੇ ਅਸਗਰ ਦੀ ਮਾਂ ਦੀ ਕਿਹੜੀ ਮਜਬੂਰੀ ਆਈ ਜੋ ਧੁੱਪ ਤੋਂ ਉੱਠੀਏ ਤੇ ਪੁੱਤਰ ਦਾ ਮੂੰਹ ਚੁੰਮ ਗਿਆ ਦੀ ਘੜੀਏ ਇੱਕ ਲਾਜ਼ਾ ਠਾਇਰ ਬਿਮਾਰ ਮਲਾ ਮਿਨਾ ਇੱਕ ਲਾਜ਼ਾ ਠਾਇਰ ਬਿਮਾਰ ਮਲਾ ਮਿਨਾ ਦਮੜੀ ਤੇ ਲਈ ਮੇਰਾ ਮੁਕਾ ਰਿਸ਼ਤਾ ਔਲਾਦ ਵਾਲਾ ਮੈਂ ਖੁਦ ਹੀ ਹੁਣ ਮਾਤਮ ਕਰਨੇ ਨੇ ਵਤਨ ਵਾਲਿਓ ਮੇਰੇ ਪਾਸ ਗਾਏ ਅਸਗਰ ਦੀ ਮਾਂ ਸੱਜਾ ਦਾ ਮਾਮਾ ਲਹਾਏ ਈ ਸੱਤਰ ਦੇ ਅਲੀ ਦੀਆਂ ਧੀਆਂ ਮਾਤਮ ਕੀ ਦੇ ਤੂੰ ਮਾਤਮ ਕਿਵੇਂ ਨਾ ਕਰੇ ਸੇ ਸੱਜਾ ਦਾ ਦੇ ਮਾਮਾ ਮਗਿਉ ਲਾਈ ਪੁੱਤਰ ਦੀ ਰਾਣੀ ਚੁੰਮ ਗਿਆ ਦੀ ਖੜੀਏ ਕੁਝ ਹਿੱਸਾ ਪੱਗਦਾ ਕਰਕੇ ਬਚੜਾ ਇਹਦੀ ਤਾਂ ਤੋਲਾ ਕਮਲਾ ਹੀ ਵਾਜਾ ਮੈਂ ਕਹਿ ਮਜ਼ਦੂਰ ਤੋਂ ਪੁੱਛਦੀ ਆ ਚਾਦਰ ਮੇਰੇ ਸਾਹਮਣੇ ਹਜ਼ਾਰਾਂ ਦਫਾ ਸੁਣਾ ਹੋਇਆ ਸੀ ਵਤਨ ਵਾਲਿਓ ਸੈਯਦਾਦਾ ਆਪਣੀ ਧਰਤੀ ਤੇ ਜ਼ਿਆਦਾ ਤੋਂ ਜ਼ਿਆਦਾ ਬਾਬਾ ਜੀ ਹੱਥ ਕਿਉਂ ਬਣੇ ਨੇ ਮੈਂ ਦੂਜੇ ਦਫਾ ਪੜਦਾ ਪਈ ਹਾਂ ਇਹਦੀ ਪਹਿਲੀ ਸੱਤਰ ਪੜ ਕੇ ਮੈਂਬਰ ਛੋੜੇ ਸਾਂ ਜਿਤਨੇ ਅਜ਼ਾਦਾਰ ਵੈਣ ਕਰ ਕਰਾਉਂਦੇ ਪਏ ਹੋ ਆਏ ਤਾਂ ਹੁਸੈਨ ਦੀ ਧੀ ਕੁਮਖਾਂ ਡੇਵਣ ਬੈਠੇ ਹੋ ਜਿਤਨੇ ਅਜ਼ਾਦਾਰ ਵੈਣ ਕਰ ਕਰਾਉਂਦੇ ਪਏ ਹੋ ਭਾਈ ਜਾਨ ਵੇਣ ਗੁੱਚਾ ਕੇ ਟੁਰਨ ਲੱਗੇ ਚੰਦ ਕਦਮ ਮੇਰੇ ਇਮਾਮ ਚੈਨ ਜਬ ਮਸੂਮਾਂ ਦੀ ਮਈਅਤ ਕਮਣ ਲੱਗ ਗਈ ਹੈ ਸਜਾਦਾ ਦੇ ਮੈਂ ਦੱਸਾਂ ਮਰ ਵੰਜਣ ਦੇ ਬਾਅਦ ਮੇਰੀ ਭੈਣ ਡਰਦੀ ਕਿਉਂ ਹੈ ਅਸਗਰ ਦੀ ਮਾਰ ਨਹੀਂ ਹੈ ਤੇ ਰੋ ਕੇ ਆਦੀ ਇਹਦੇ ਮਈਆ ਦੀ ਚਖਾਫ ਹੈ ਕਾਤਲਾਂ ਦਾ ਨਾਲ ਬਚੜਾ ਲਈ ਵੀ ਡਰੀ ਹੋਈ ਸੀ ਮੇਰ ਜਾ ਛਿੜਕਾ ਮਾਸ਼ਾਅੱਲਾ ਮੁਲਕ ਦੇ ਨਾਮਵਰ ਮਸਾਹਿਬ ਖਾਨ